ਆਪਣੇ ਆਪਣੇ ਗੁਨਾਹਾਂ ਦੀ ਬਖਸ਼ਿਸ਼ ਵਾਸਤੇ ਉੱਚੀ ਆਵਾਜ਼ ਨਾਲ ਸਲਵਾਤ ਪੜ੍ਹੋ। ਬਿਮਾਰਾਂ ਦੀ ਸ਼ਿਫਾਯਾਬੀ ਵਾਸਤੇ ਉੱਚੀ ਆਵਾਜ਼ ਨਾਲ ਸਲਵਾਤ ਪੜ੍ਹੋ। ਬਾਨੀਆਂ ਮਾਤਮੀਆਂ ਅਜ਼ਾਦਾਰਾਂ ਦੀ ਇੱਜ਼ਤ ਬਖਤ ਰਿਜ਼ਕ ਵਿੱਚ ਇਜ਼ਾਫੇ ਵਾਸਤੇ ਬਾਵਾਜ਼ ਦੇ ਬਲਨ ਸਲਵਾਤ ਤਿਲਾਵਤ ਕਰੋ। ਹੁਜਤੁਲ ਕਾਇਮ ਵਲੀਉੱਲਾ ਸਰਬਕੀਅਤੁੱਲਾ ਸਰਕਾਰ ਹਜ਼ਰਤ ਇਮਾਮ ਜ਼ਮਾਨਾ ਅਲੈਹਿ ਸਲਾਤੁ ਵਸਲਾਮ ਦੇ ਜ਼ਹੂਰ ਵਿੱਚ ਤਾਜੀਲ ਵਾਸਤੇ ਬਾਵਾਜ਼ ਬਲਨ ਸਲਵਾਤ ਪੜ੍ਹੋ। ਜ਼ਿੰਦਾ ਸਲਾਮਤ ਰਹੋ, ਨਾਰੇ ਤਕਬੀਰ। ਮਾਸ਼ਾਅੱਲਾ, ਕਾਫੀ ਮਾਤਮੀ ਤਸ਼ਰੀਫ ਫਰਮਾਓ। ਅੱਲਾ ਅਲੀ ਬਾਦਸ਼ਾਹ ਦਾ ਵੀ ਖਾਲਿਕ ਹੈ, ਅਲੀ ਦੇ ਖਾਲਿਕ ਦਾ ਨਾਮ ਬੁਲੰਦ ਆਵਾਜ਼ ਦੇ ਨਾਲ ਚਾਹੋ। ਨਾਰੇ ਤਕਬੀਰ, ਜ਼ਿੰਦਾ ਸਲਾਮਤ ਰਹੋ, ਨਾਰੇ ਰਿਸਾਲਤ। ਮਿਹਰਬਾਨੀ ਫਰਮਾਓ, ਕਾਫੀ ਅਬਾਬ ਤਸ਼ਰੀਫ ਫਰਮਾਓ। ਅਲੀ ਬਾਦਸ਼ਾਹ ਦੇ ਸਰਦਾਰ ਦਾ ਨਾਮ ਬੁਲੰਦ ਆਵਾਜ਼ ਦੇ ਨਾਲ ਚਾਹੋ। ਨਾਰੇ ਰਿਸਾਲਤ, ਨਾਰੇ ਰਿਸਾਲਤ, ਨਾਰਾਏ ਹੈਦਰੀ। ਸਾਰੇ ਹਲਾਲੀ ਮਵਾਲੀ ਆਪਣੇ ਆਪਣੇ ਰਿਸਕ ਨੂੰ ਹਲਾਲ ਕਰੋ। ਅਲੀ ਬਾਦਸ਼ਾਹ ਦੇ ਪਾਕ ਨਾਮ ਤੋਂ ਦੋਵੇਂ ਹੱਥ ਬੁਲੰਦ ਕਰਕੇ ਅਲੀ ਵਾਲਾ ਜਿਗਰ ਦੀ ਕੁਵਤ ਦੇ ਨਾਲ ਬੋਲੇ, ਆਸਮਾਨੀ ਨਾਰਾਇਆ ਹੈਦਰੀ। ਯਾ ਅਲੀ ਅਲੈਹਿ ਸਲਾਤੁ ਵਸਲਾਮ, ਮੁਹੰਮਦ ਵਾਲੇ ਮੁਹੰਮਦ ਦੀ ਇੱਜ਼ਤ ਅਜ਼ਮਤ ਤੇ ਬਾਵਾਜ਼ੇ ਬੁਲੰਦ ਸਲਵਾਤ ਪੜ੍ਹੋ। ਸਾਹਿਬਾਨ ਮੁਹਤਰਮ, ਤੁਹਾਡੀ ਖੈਰ। ਸਾਹਿਬਾਨ ਮੁਹਤਰਮ, ਮਵਾਲੀਆਂ ਨੇ ਹੈਦਰ ਕਰਾਰ, ਮੈਂ ਬਾਦਸ਼ਾਹ ਹੁਸੈਨ ਦੇ ਤਮਾਮ ਮੱਤਾ ਖਾਨਾ ਦਾ ਜੋੜੇ ਬਰਦਾਰ ਹਾਂ। ਜਨਾਬ ਦੀ ਪੇਸ਼ੀਆਂ 'ਚ ਹਾਜ਼ਰ ਹੋ ਕੇ ਕਾਇਨਾਤ ਦੇ ਵਾਰਿਸ ਹੁਸੈਨ ਬਾਦਸ਼ਾਹ ਦਾ ਜ਼ਿਕਰ, ਜ਼ਮਾਨੇ ਦੇ ਸਰਦਾਰ ਹੁਸੈਨ ਦਾ ਜ਼ਿਕਰ, ਇਹ ਇੰਝ ਕਿਉਂ ਨਾ ਆਖਾਂ ਕਿ ਮਮਲਕ ਅਤੇ ਏਜ਼ਦੀ ਦੇ ਪ੍ਰਾਈਮ ਮਿਨਿਸਟਰ ਹੁਸੈਨ ਦਾ ਜ਼ਿਕਰ ਅਸੂਲ ਦੀ ਨਮਾਜ਼ ਸਮਝ ਕੇ ਅਦਾ ਕਰਨਾ ਚਾਹੁੰਦਾ। ਜਿਤਨੇ ਬੈਠੇ ਹੋ ਮੇਰੇ ਵਾਸਤੇ ਬਹੁਤ ਜ਼ਿਆਦਾ। ਪਾਕ ਮਿੰਬਰ ਗਵਾਏ ਇਸ ਪਾਕ ਕਲਾਮ ਵਿੱਚ ਪਾਕ ਜ਼ਿਕਰ ਸਿਰਫ ਤੁਸੀਂ ਨਹੀਂ, ਕੁਲ ਅੰਬੀਆ ਆਏ ਹੋਏ, ਕੁਲ ਮਲਾਇਕਾਏ ਜਿਹੜੇ ਹੁਸੈਨ ਬਾਦਸ਼ਾਹ ਦੇ ਪਾਕ ਜ਼ਿਕਰ ਵਿੱਚ ਬਹਿ ਕੇ ਇਬਾਦਤ ਪੇ ਕਰਦੇ, ਅਲੀ ਅਲੀ ਪੇ ਕਰਦੇ। ਇਵੇਂ ਗੱਲ ਹੈ ਨਾ, ਆਪਣੇ ਆਪ ਨੂੰ ਥੋੜ੍ਹਾ ਨਹੀਂ ਸਮਝਣਾ। ਇਹ ਬਜ਼ੁਰਗ ਬੈਠੇ ਹੋ, ਇਹ ਲਮਾਜ਼ਰ ਹਸਨ ਜ਼ੈਦੀ ਸਾਹਿਬ, ਉਹਨਾਂ ਦਾ ਇੱਕ ਜੁਮਲਾ ਜ਼ਿਹਨੇ 'ਚ ਆ ਗਿਆ। ਉਹ ਆਖਦੇ ਹੁੰਦੇ ਹਨ, ਦੁਆ ਕੀਆ ਕਰੋ, ਮਜਮਾ ਕੰਮ ਹੋ ਲੇਕਿਨ ਕੰਮ ਸਰਫ ਨਾ ਹੋ। ਹੈਦਰੀ, ਸੁਬਹਾਨ ਅੱਲਾ, ਸੁਬਹਾਨ ਅੱਲਾ। ਤੋ ਆਪਣੇ ਬਜ਼ੁਰਗਾਂ ਦੀ ਮੌਜੂਦਗੀ 'ਚ, ਜਵਾਨ ਮਾਤਮੀ ਬਿਰਾਮ ਦੀ ਮੌਜੂਦਗੀ 'ਚ ਇੱਕ ਜੁਮਲਾ ਆਖਾਂ ਜੀ। ਮਿੰਬਰ ਰਸੂਲ 'ਤੇ ਖੜ੍ਹਾ ਹੋ ਕੇ ਕਾਇਨਾਤ ਦੇ ਉਸ ਬਾਦਸ਼ਾਹ ਦਾ ਜ਼ਿਕਰ ਕਰਨਾ ਚਾਹੁੰਦਾ ਜਿਸ ਬਾਦਸ਼ਾਹ ਦੇ ਕਦਮਾਂ 'ਚ ਹੋਰ ਜੈਸਾ ਗੁਨਾਹਗਾਰ ਸਰ ਰੱਖੇ ਤੋ ਅਲੈਹਿ ਸਲਾਮ ਹੋ ਜਾਵੇ। ਸੁਬਹਾਨ ਅੱਲਾ। ਕਿਬਲਾ, ਮੈਂ ਅਸੂਲ ਦੀ ਐਸੀ ਬਾਜਮਾਤ ਨਮਾਜ਼ ਅਦਾ ਕਰਨਾ ਚਾਹੁੰਦਾ ਜਿਸ ਨਮਾਜ਼ ਦਾ ਪੇਸ਼ ਨਮਾਜ਼ ਖੁਦ ਹੁਸੈਨ। ਚਾਰ ਮਿਸਰਿਆਂ ਤੋਂ ਨੌਕਰੀ ਦਾ ਆਗਾਜ਼ ਕਰਨਾ ਚਾਹ ਰਿਹਾ। ਪਸਤ ਜ਼ਿਹਨ ਸੋਏ ਇਰਤਕਾ ਨਹੀਂ ਜਾਤਾ, ਪਸਤ ਜ਼ਿਹਨ ਸੋਏ ਇਰਤਕਾ ਨਹੀਂ ਜਾਤਾ। ਤੁਹਾਡੀ ਇੱਜ਼ਤ ਦੀ ਕਸਮ ਹੈ ਜਾਜੋ ਜੀ, ਬੇਵਜ਼ੂ ਤੋਂ ਖਿਆਲ ਕਰਬਲਾ ਨਹੀਂ ਜਾਤਾ। ਇਹਨਾਂ ਹੱਥਾਂ ਦੀ ਖੈਰ ਹੈਦਰੀ, ਸੁਬਹਾਨ ਅੱਲਾ। ਮਾਂ ਹੁਸੈਨ ਦੀ ਤੁਹਾਨੂੰ ਸਾਨੂੰ ਇਸ ਸਾਲ ਮਜ਼ਲੂਮ ਕਰਬਲਾ ਦੀ ਸਵਾਰੀ ਨਸੀਬ ਫਰਮਾ। ਪਸਤ ਜ਼ਿਹਨ ਸੂਏ ਇਰਤਕਾ ਨਹੀਂ ਜਾਤਾ, ਬੇਵਜ਼ੂ ਤੋਂ ਖਿਆਲ ਕਰਬਲਾ ਨਹੀਂ ਜਾਤਾ। ਚੌਥੇ ਮਿਸਰੇ ਤੇ ਇੰਤਹਾਈ ਤਵੱਜੋ ਤਾਲੀਮ, ਬੇਵਜ਼ੂ ਤੋਂ ਖਿਆਲ
کربلا نہیں جاتا در حسین کو چوما تھا زندگی میں کبھی، میرے لبوں سے وہ اب تک مزہ نہیں جاتا۔ سبحان اللہ، در حسین کو چوما تھا زندگی میں کبھی، میرے لبوں سے وہ اب تک مزہ نہیں جاتا۔ میرے بادشاہ حسین دی عزت عظمت دے باواز بلند صلوات تلاوت کرو گے۔ اپنے اپنے رزق کے اضافے واسطے اونچی آواز نہ صلوات پڑھو یار۔ لوگ انشاءاللہ سارے آ گئے نے، تھوڑی خیر، ایک صلوات بلند آواز نہ پڑھو جی مل کے۔ الحمدللہ رب العالمین، حسین بادشاہ دے ماتمی اکٹھے ہو کے بیٹھے ہیں، ایویں گل ہے جی، تو حسین دے ماتمی اچ کھڑا ہو کے جھنڈوی یہ گل آکھن دا حق رکھدا ہے۔ کیڑی گل؟ گھر میں عباس کا پرچم ہے تو بے آس نہ ہو۔ آئے آئے آئے، انہاں بزرگاں دا سایہ سلامت رہے۔ ماں حسین دی انہاں نوں صحت تندرستی علی حیاتی عطا فرمائے، جتنے جوان ماتمی بھی رات تشریف فرمائے، مالک زندگی کی کامیابیاں ترقیاں نصیب فرمائے۔ گھر میں عباس کا پرچم ہے تو بے آس نہ ہو، کتنا بدبخت ہے وہ جس کو علم راس نہ ہو۔ آئے آئے، کتنا بدبخت ہے وہ جس کو علم راس نہ ہو۔ میادا ہم اسی واسطے ہی لشکر شبیر میں ہیں، کیوں ہار جاتا ہے وہ لشکر جہاں عباس نہ ہو۔ اے میں حسین بادشاہ دے ممبر تے کھڑا، ساڈے اپنے گھر مجلس سے اج دا دن۔ توحید کی تلوار ہے عباس کے بازو۔ اچھا، توحید کی تلوار ہے عباس کے بازو، عباس کے بازو۔ اوے بڈا، پانی میرے بازو میرے غازی کے، تم بازو کے کہاں تک؟ یہ سارے عزادار ہیں عباس کے بازو۔ سبحان اللہ، یہ سارے عزادار ہیں عباس کے بازو۔ ستم کی تیز ہواوں کے تیر چلتے رہے، مگر حسین کے سارے چراغ جلتے رہے۔ جب اس نے ہاتھ کٹا کر علم بلند کیا، جو ہاتھ کاٹنے والے تھے ہاتھ ملتے رہے۔ جو ہاتھ کاٹنے والے تھے ہاتھ ملتے رہے۔ اے مولا جان دے، اے بھائی جان دی محبت ہے، میں پہلے بھی عرض کیتا ہے، مالک انہاں دی عزت وقت رزق وچ ہور اضافہ فرماوے، ماں حسین دی نظر بد تو محفوظ رکھے، سفر بے خطر فرماوے، حاسدین منافقین دے شر تو محفوظ رکھے۔ اور میں اپنے بھائی دی محبت وچ میں حاضر ہو گیا، میں دسیا کہ میرے اپنے گھر مجلس ہے، لیکن کیونکہ ابھی بڑا پیار کر دین تو میں تو صبح صبح تے ہی آ گیا، بانی بن کے آیا۔
अच्छा जी सलवात पढ़ो उससे बस एक सलवात उस तो बुलंद आवाज ना पढ़ो नौकनेदा ते इमाम हुसैन बादशाह दे सर ने कुराने पाक दी तिलावत करना शुरू की थी। खुदा लानत करे इस कमीने यजीद ते, एक अमीना तख्त पे बैठा ही, इंदे ते भी लानत, इंदे तख्त ते भी लानत। हुसैन बादशाह दी कुरान पाक दी तिलावत दी आवाज़ इस जालम दे कन्ना तक आई, तख्त तो तले आया। हुसैन बादशाह दी सांग दे तले आके हैरत दी अंगल मूछ पा के वे कहदा है, हुसैन बगैर जिस्म दे कुरान, बगैर जिस्म दे कुरान पाक दी तिलावत। नौकनेज़ा ते अली दा पुत्र बोले, हुसैन फरमाने ने यजीद तू इतनी जी गल तो परेशान हो गई है, अज तू आखे मैं हुसैन मैं अली दा पुत्र, नौकनेज़ा ते बुलंद हो के तुम दसा मैं हुसैन इस तो ज्यादा किस इज्जत का मालिक हाँ। अदा हाँ हुसैन डसा तो इस तो ज्यादा किस इज्जत का मालिक है। नौकनेज़ा ते बुलंद हो के अली दे पुत्र कमीने तो मुखातिब हो के जड़ी गल की कसीदा सुना वा, एक सलवात मेरे बादशाह हुसैन दी इज्जत ते बुलंद आवाज़ ना पढ़ो।
ये मेरी शान है, 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 ये मेरी शान है। क्या शान है फर्दसानी ते इंतहाई तवज्जो। ये मेरी शान है, ये मेरी शान है, ये मेरी शान है, ये मेरी शान है। मैं हूँ हाजत रावा, मैं हूँ मुश्किल कुशा, मैंने दस्ते बला पे यूं सजदा किया, मेरे सजदे का ममनून यजदान है। ये मेरी शान है, ये मेरी शान है। हुसैन फरमाते हैं मैं हूँ हाजत रवा, मैं हूँ मुश्किल, लबैक या हुसैन, लबैक या हुसैन। शवाल दा आखिरी हफ्ता, हुसैन फरमाते हैं मैं हूँ हाजत रवा, मैं हूँ मुश्किल कुशा, मैंने दश्ते बला पे यूं सजदा किया, मेरे सजदे का ममनून यजदान है। कमी ना घबरा गया, जिस्म च कप कपी तारी, लर्जा तारी, पसीने शराबोर। अदा हुसैन इस तो ज्यादा भी तू कोई इज्जत दा मालिक है? दस तो सही, इस तो ज्यादा किस इज्जत दा मालिक है? नौकरे दा ते अली दा अली पुत्र बोल के गल करी। अदा हुसैन फरमाने यजीद आ तेन दसा। अच्छा, अजय हुसैन और यजीद के दरम्यान च गल्लां बातें हो रही हैं। जब मुअज्जिन अजान दा हुक्का बुलंद कीता, मुअज्जिन आख्या अल्लाहु अकबर। इस बात को ज़हन च रखना है, क्योंकि इस बात च लुत्फ है, इस बात च नतीजा है, इस बात च बड़ा ही लुत्फ है भाई। तवज्जो दा तालिबा, मुअज्जिन आख्या अल्लाहु अकबर। अजय मुअज्जिन अजान दा हुक्का बुलंद कीता, नौकने दा ते अली दा अली पुत्र बोल के गल करिया। यजीद जे तू आखे मैं हुसैन, नौकने दा ते बुलंद होके चंद दसा मैं हुसैन इस तो ज्यादा किस इज्जत दा मालिका, किस शान दा मालिका। घबरा गया यजीद, वेख क्या रहा हुसैन साहब, तू इस तो ज्यादा होर किस इज्जत दा मालिक है, किस शान दा मालिक है। नौकने दा ते अली दा अली पुत्र बोल के गल करिया। आ तेनू दसावा, मुझे कांधों पे सरवर उठाता रहा, मुझे कांधों पे सरवर उठाता रहा, मुझे कांधों पे सरवर उठाता रहा, मेरी उंगली पकड़ कर चलाता रहा, मेरी उंगली तवज्जो भाई चलाता रहा, लफ्ज मेरे जो मुंह से निकलते रहे, मेरा खालिक वो कुरान बनाता रहा, मेरा हर काम रब की शरीयत बना, मैं जहाँ को शरीयत सिखाता रहा, जिसके सजदे से सजदों की पहचान है, मेरी खातिर वो सजदा बढ़ाता रहा, ये जो अल्लाह अकबर की आज़ान है, ये मेरी जीत का ही तो ऐलान है, ये मेरी शान है, ये मेरी शान। सुभान अल्लाह, सुभान अल्लाह। हुसैन फरमाते हैं ये जो अल्लाह अकबर की आज़ान है, ये मेरी जीत का ही तो ऐलान है। हुसैन फरमाते हैं ये मेरी शान है। एक अमीना घबरा गया, आधा हुसैन इंज नहीं, अपना मुकम्मल तारफ करवा, तू किस मां दा पुत्र है, तेरा बाबा कौन है, जालिम जानदा ता ही, तेरा नाना कौन है, जड़े वेले भरे बाजार कमीने की जुबान चो लफ्ज निकले ना, तू किस मां का पुत्र है। नौकने दा ते अली दा अली पुत्र बोलिया। हुसैन फरमाते हैं यजीद भरे बाजार मेरा तारफ पूछे, आखे किस मां का पुत्र है।
ਆ ਨੌਕਰੀਆਂ ਦਾ ਤੇ ਬਲਾਂ ਦੋ ਕਿ ਅੱਜ ਮੈਂ ਹੁਸੈਨ ਇਹ ਦੱਸਣਾ ਹੈ ਕਿ ਮੈਂ ਕਿਸ ਮਾਂ ਦਾ ਪੁੱਤਰ ਹਾਂ ਅਤੇ ਅੱਜ ਇਹ ਵੀ ਦੱਸਾਂ ਤੂੰ ਕਿਸ ਮਾਂ ਦਾ ਪੁੱਤਰ ਹੈ। ਨੌਕਰੀਆਂ ਦਾ ਤੇ ਅਲੀ ਦਾ ਅਲੀ ਪੁੱਤਰ ਬੋਲਿਆ, ਕਮੀਨੇ ਦਾ ਮੁਖਾਤਿਬ ਹੋ ਕੇ ਹੁਸੈਨ ਤਾਰਫ ਕਿੰਝ ਕਰਵਾ ਰਹੇ ਨੇ। ਹੁਸੈਨ ਫਰਮੇ ਦੇ ਨਾ ਤੈਨੂੰ ਦੱਸਾਂ, ਤੂੰ ਨੇ ਜਿਸ ਮਾਂ ਕਾ ਬੇਟਾ ਖਤਾ ਹੀ ਖਤਾ, ਤੂੰ ਨੇ ਜਿਸ ਮਾਂ ਕਾ ਬੇਟਾ ਖਤਾ ਹੀ ਖਤਾ, ਤੂੰ ਨੇ ਜਿਸ ਮਾਂ ਕਾ ਬੇਟਾ ਖਤਾ ਹੀ ਖਤਾ, ਮੇਰੀ ਮਾਂ ਸਹੀ ਅਦਾ ਹੈ ਹਦੀਸੇ ਕਿਸਾ, ਮੇਰੀ ਮਾਂ ਸਹੀ ਅਦਾ ਹੈ ਹਦੀਸੇ ਕਿਸਾ, ਮੇਰਾ ਨਾਨਾ ਨਬੀ ਹੈ ਹਬੀਬੇ ਖੁਦਾ, ਮੇਰਾ ਭਾਈ ਹੈ ਪਿਆਰਾ ਹਸਨ ਮੁਜਤਬਾ, ਇਸ ਜਹਾਂ ਮੇ ਹੈ ਐਸਾ ਘਰਾਨਾ ਮੇਰਾ, ਜਿਸ ਘਰਾਨੇ ਕਾ ਜ਼ਾਕਿਰ ਹੈ ਅੱਲਾ ਬਨਾ, ਮੇਰੇ ਘਰ ਕੇ ਤੋ ਨੌਕਰ ਵੀ ਰਿਜ਼ਵਾਨ ਹੈ, ਅਬ ਬਤਾ ਤੂੰ ਭਲਾ ਮੁਝਸਾ ਕੈਸੇ ਹੁਆ, ਜੋ ਖੁਦਾ ਸੁਬਹਾਨ ਅੱਲਾ ਸੁਬਹਾਨ ਅੱਲਾ। ਇੱਕ ਸਲਵਾਤ ਮੇਰੇ ਬਾਦਸ਼ਾਹ ਹੁਸੈਨ ਦੀ ਇੱਜ਼ਤ ਅਤੇ ਬੁਲੰਦ ਆਵਾਜ਼ ਨਾਲ ਪੜ੍ਹਨ ਮਿਲਦਾ, ਮੀਮ ਤੇ ਆਨ ਹੁਸੈਨ। ਲਓ ਜੀ ਇੱਕ ਕਸੀਦਾ ਹੋਰ ਪੜ੍ਹੀਏ, ਦੋ ਸ਼ੇਰ ਕਸੀਦੇ 'ਤੇ ਪੜ੍ਹੀਏ। ਸਾਰੇ ਪੜ੍ਹਾਂਗੇ, ਇੱਕ ਸਲਵਾਤ ਬੁਲੰਦ ਆਵਾਜ਼ ਨਾ ਪੜੋ ਜੀ ਮਿਲ ਕੇ, ਸਲਾਮ ਯਾ ਹੁਸੈਨ। ਚਲੋ ਮੁਝੇ ਚਰਾਗ ਕੀ ਲੋ ਮੇ ਦਿਖਾਈ ਦੇਤਾ ਹੈ, ਮੈਂ ਉਹ ਵੀ ਪੜਾਂਗਾ ਜੀ। ਮੁਝੇ ਚਰਾਗ ਕੀ ਲੋ ਮੇ, ਮੁਝੇ ਚਰਾਗ ਕੀ ਲੋ ਮੇ ਦਿਖਾਈ ਦੇਤਾ ਹੈ, ਹੁਸੈਨ ਚੁੱਪ ਵੀ ਮੁਸਲਸਲ ਸੁਣਾਈ ਦੇਤਾ ਹੈ, ਹੁਸੈਨ ਚੁੱਪ ਵੀ ਮੁਸਲਸਲ ਸੁਣਾਈ ਦੇਤਾ ਹੈ, ਅਜਬ ਕਰੀਮ ਹੈ ਬਿੰਤੇ ਨਬੀ ਕਾ ਸ਼ਹਜ਼ਾਦਾ, ਖੁਦਾ ਨਾ ਹੋਤੇ ਹੋਏ ਵੀ ਖੁਦਾਈ ਦੇਤਾ ਹੈ। ਚਲੋ ਜੀ ਮੇਰੇ ਭਤੀਜੇ ਵੀ ਹੁਕਮ ਕੀਤਾ ਇਸ ਕਸੀਦੇ ਦਾ, ਅਲੀ ਸਰ ਹੈਦਰ ਸਾਹਿਬ। ਹਾਂ ਅੱਛਾ, ਉਂਝੀ 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 ਪੜਾਂਗੇ ਜਨਾਬ, ਕਿਉਂ ਨਹੀਂ। ਅੱਛਾ ਉਹ ਵੀ ਘਰ ਹੈ ਜਨਾਬ ਸਾਡਾ, ਇਹ ਵੀ ਆਪਣਾ ਘਰ ਹੈ ਸਾਡਾ, ਪਾਕ ਸਿੱਖਿਆ ਦਾ ਸਲਾਮਤ ਰੱਖੇ। ਇੱਕ ਸਲਵਾਤ ਬੁਲੰਦ ਆਵਾਜ਼ ਨਾਲ ਪੜੋ ਮਿਲ ਕੇ, ਲਓ ਵੀ ਉਂਝੀ ਪੜਨਾ ਚਾਹੁੰਦੇ। ਆਓ ਸਲਾਮ 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 ਯਾ ਹੁਸੈਨ, 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 ਸਲਾਮ ਯਾ ਹੁਸੈਨ, ਸਲਾਮ ਸਲਾਮ। ਪਹਿਲਾ ਮਿਸਰਾ ਜਾਚੂ ਜੀ, ਮੈਂ ਪੜ੍ਹਨਾ ਨਹੀਂ, ਹੁਸੈਨ ਦੇ ਮਾਤਮੀਆਂ ਦੇ ਦਿਲਾਂ ਤੇ ਨਕਸ਼ ਕਰ ਜਾਣਾ ਹੈ। ਸਲਾਮ ਸਲਾਮ ਯਾ ਹੁਸੈਨ, ਸਲਾਮ 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 ਯਾ ਹੁਸੈਨ, ਸਲਾਮ 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 ਯਾ ਹੁਸੈਨ, ਸਲਾਮ 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 ਯਾ ਹੁਸੈਨ। ਨੌਕੇ ਨੇ ਜ਼ਾ ਪੇ ਜਬ ਤੂੰ ਕਲਾਮ ਕਰੇ, ਦੁਨੀਆ ਹੁਸੈਨ ਸਲਾਮ ਕਰੇ ਤੁਝੇ, 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 ਦੁਨੀਆ ਹੁਸੈਨ ਦੁਨੀਆ ਹੁਸੈਨ ਸਲਾਮ ਕਰੇ ਤੁਝੇ, ਦੁਨੀਆ।
دنیا حسین سلام کرے تجھے دنیا حسین سلام کرے تجھے دنیا حسین کیا بات ہے بھائی کیا خوبصورت ماحول بن گیا سلام کرے تجھے دنیا حسین سلام کرے آؤ دسا بھائی جان میرا حسین کس عزت دا مالک ہے کس شان دا مالک ہے یا سرب جھڑویو حسین بادشاہ دے پاک منبر تے کھڑا ہو کے ساؤنڈ سپی کرے بابانگ دوہل اعلان کر کے بات آکھندا حق رکھدا کیڑی گل توجہ دا طالب بھائی جان منہ پہ باطل کے حق کا تماچا پڑا منہ پہ باطل کے حق کا تماچا پڑا منہ پہ باطل کے حق کا تماچا پڑا ہر نگر ہر گلی تیرا ماتم ہوا 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 ہر نگر ہر گلی بھائی آصف کمال جی آپ ماشاء اللہ خود لکھتے ہیں اس مصرے پہ توجہ کیجیے گا ہے جلوسوں کا قبلہ تیرا سلجھنا ہے ہر جگہ ہے علم تیرے عباس کا جو یزیدوں کا جینا حرام کرے تجھے دنیا حسین سلام 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 کرے تجھے دنیا بھائی جان کربلا مولا ماں حسین دی تانو رسانو اس سے سال لے جاوے مظلوم کربلا دی زواری نصیب ہوئے اپنی گناہگار اکھاں دے نال ویکھیا اپنی گناہگار اکھاں دے نال ویکھیا جی ویکھیا جی میرے پاس اوتھے آیا ایک ہندوؤں دا کافلا ہندوؤں دے کافلے چوں ایک ہندو اگے نکلیا اس دوویں ہاتھ جوڑے حسین بادشاہ دے روزے دے پاسے ویکھ کے او ہندو اپنی ہندی زبان وچ اس ہندو بھائی جان اپنی ہندی زبان وچ حسین بادشاہ دا سلام کج کیتا ہے ویکھیا گناہگار اکھاں دے نال کناں دے نال سنیا بھائی جان او ہندو اپنے قافلے چ اگے نکلیا دوویں ہاتھ جوڑے حسین بادشاہ دے روزے دے پاسے ویکھ کے ہندو گل کیڑی آکھ رہا تیری جے ہو تو مہاراجا سردار ہے 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 جگ پہ تیرے پتا کا چمتکار ہے جگ پہ تیرے پتا کا لو اگلا مصرا ویکھیا جے جگ پہ تیرے پتا کا چمتکار ہے جگ پہ تیرے پتا کا چمتکار ہے جگ پہ تیرے پتا کا چمتکار ہے تیری ماتا کا صدقہ یہ سنسار ہے چلو میں کوشش کرتا میں محنت ودھیندا سارے بول پون سلام کرے آؤ دسا بھائی جان میرا حسین کس عزت دا
مالک ہے کہ شان دا مالک ہے یا سروا جھنوی حسین بادشاہ دے پاک منبر تے کھڑا ہو کے اپنے پھراواں دی موجودگی وچ بزرگاں دی دعاواں دے صاحباں تلے رہ کے ساؤنڈ سپیکر وچ بابانگے دو حل اعلان کر کے عبادت کرن دا حق رکھ دے کیڑی گل تے وجد طالب تیرے سجدے میں توحید محفوظ ہے کل عرب تیری نانی کا جس حسین دی اتنی عزت آئی اسے حسین دیاں بھیڑا جنگلا چل گئی بس الحمدللہ رب العالمین وعدہ وفا ہو گیا حکم دی تعمیل ہو گئی زندان تھک گئے قیدی نہ تھکے میں لفظ آکھن میں کیا زندان تھک گئے قیدی نہ تھکے مصائب دے عاشق لوگ بیٹھے ہو تیری ہائے چیز آفے واسطے ایک جملہ مصائب دا ہور پڑھا بزرگوں میں آکھیا زندان تھک گئے قیدی نہ تھکے تہاڈی روندیاں اکھاں دی قسم ہے انج کیوں نہ آکھاں بھائی زنجیر تھک گئے زنجیر ہنڈاون والے نہ تھکے اے عقیدت دیاں سو اے روحانیت دی بات اے منظوری دی بات حسین دے غم دے سوا دنیا دے کسی غم میں چنا رہو اے حت بدی کھڑا نوکر سمجھو بھرا سمجھو پتر سمجھو بھتیجہ سمجھو حسین دا ادنا جا مدہ خان سمجھو جڑا جملہ ہون میں آکھن لگا اس جملے تے اتنی کوہائے ضرور کر لوی جو تیرے نال اللہ ماتمی تیرا گواہ بن جا پہلا جملہ بھائی جن میں آکھا میں کیا زندان تھک گئے قیدی نہ تھکے دوسرا جملہ میں کیا زنجیر تھک گئے زنجیر ہنڈا منا لے نہ تھکے حسین دے ممبر تے میرا ہاتھ تھے بھائی ماتمی ہائے ضرور کر لوے اینج کیا ہونا آنکھا مارن والے تھک گئے مری منا لے نہیں تھکے بھرا مرا کے پتر مرا کے جوان مرا کے مہمان مرا کے امت دے پوائے ہوئے زیور ہنڈا کے والائی علی دی زخمی تھی کربلا دے بننے تے آئیے تے علی دی زخمی دھی ایک وین کیتا ہے ایک وین کرنا ہے ممبر چھوڑ دا پہ یہاں مولا دی عظیم مدہ خانہ دے حوالے ممبر کربلا دے بننے تے آئی ہے بزرگو تے وین کیتا سے آدھا پہ یہاں تھکی وئی شام دے سفران دی سونی ہائی کیتی تھکی ہوئی شام دے سفران دے تے آویر دی نگری گئی ماتمی ہائے ضرور کرے روین دی یوگا لے تے سجاد تو پوچھ گئے قبران دی پہچان کریں دی آئے
ਕਬਰਾਂ ਦੀ ਪਹਿਚਾਨ ਕਰੇਂਦੀ ਰਵੇਂਦੀ ਉਹ ਗੱਲ ਤੇ ਸਜਾਦ ਤੋਂ ਪੁੱਛ ਕੇ ਕਬਰਾਂ ਦੀ ਪਹਿਚਾਨ ਕਰੇਂਦੀ ਜਿਤਨੇ ਹਲਕੇ ਦੇ ਮਾਤਮੀ ਹੋ ਗਾਲ ਲਾ ਕੇ ਇਹੋ ਵੈਣ ਕਰੇਂਦੀ ਰਹੀਏ ਤੇ ਰੋ ਕੇ ਆ ਦੀ ਰਹੀ ਹੁਸੈਨ ਅੱਲਾ ਦਾ ਨਾ ਹੀ ਨਾਰਾਜ਼ ਨਾ ਥੀ ਤੈਨੂੰ ਦੱਸਣਾ ਹੀ ਆ ਸਾਥੋਂ ਨਿਖੜ ਸਕੀ ਨਾ ਯਾ ਹੁਸੈਨ ਬੀਬੀ ਆ ਦੀ ਰਹੀਏ ਹੁਸੈਨ ਲਾਨਤੁਲਾਹ ਅਲੈਹ ਕੌਮ ਸਾਹਿਬ